हाँ जी, सत श्री अकाल दोस्तों। अज के व्लॉग दे विच थोड़ा स्वागत है। पहला भी तुसी बहुत प्यार करते हो वीडियोज़ में, तो उम्मीद है जी तुसी अगे भी करते रहोगे। अज का व्लॉग एक बारी साढ़े लिए खास है, हो सकता थोनू भी वधिया लगे। सारी टीम इकट्ठी हुई है, सनी सिंह लाडी ए भाई साहब नूं तुहानूं मैं इंट्रोड्यूस कर देना। इहदा नाम है जी कैप्टन, वधिया अपना यार है ये हैप्पी सिंह। तुसीं आ सोच रहे हो गए आ एंगल जे कहदे खड़े हो ना, ये सरप्राइज़ एक हिस्सा है। गड्डी साड़ी नीवी हुई हुई है, समान बहुत लोड होया हुआ, क्योंकि दो तीन दिन पहला वीडियोस देखी जी तुसीं, सनी भाई ने नवा मोबाइल लिया ते बाबा भाई ने नवा मोबाइल लिया, ते विच कमेंट आ रहे थे कि लाडी भाजी ने लाडी भाजी रह गए है ना। भाजी फोन केड़ा तुहाडे कोल? इन्हों घरदियां ने मना किया सी वीडियो नहीं पानी, पर हुण सानू कमेंट देख के वीडियो पानी पई आ। भाजी कोले 12 प्रो आ गया, 12 प्रो मैन। ठीक है जी, ये लाडी दा अपना मोबाइल आ, दरबार साहब दी फोटो लाई हुई है। लाडी नवा लिया? हाँ जी, हाँ जी वीरे, क्या बात है उस्ताद जी। ते ये टीम जिहड़ी है जी आपां इक्को रखदे आ सारिआं नूं, जिन्नी मेहनत है उस तो कोशिश करी दी कि उन्हां नूं वध दी मोटीवेट करिए, एप्रीशिएट करिए, है ना। हुण तुसीं गल करोगे कि शॉप ते कुड़ियां भी हुंदियां ने, उन्हां वास्ते तुसीं की कीता, है ना। उही ये ब्लॉग का एक हिस्सा है, आपां बाहलियां गल्लां तुहानूं बोल के नहीं दसांगे, जस्ट करके दिखावांगे, है ना। बने रहो, बस बने रहो, देखी जाओ हुंदा की है सरप्राइज। अब पिछे देख के मैं हसदा। कैप्टन बारे मैं दस दिंदा, ये बंदा टीम का हिस्सा है, तो बिजली का काम बहुत वधिया करता है। जे किसी नूं बिजली का काम कराना होवे लुधियाणे दे विच तां तुसीं कॉन्टैक्ट कर सकते हो, सानूं मैसेज कर दिओ, असीं तुहानूं नंबर प्रोवाइड कर देंगे। ठीक है ना भाई? ठीक, पक्की गल? पक्का। बस ठीक है, बस दो को बारी करंट पैंदा दिहाड़ी चन चाहदा नहीं। आंटी जी बाहर ही बैठे ने, आंटी जी को देंगे आज सरप्राइज। ਤੁਸੀਂ ਅੰਦਰ ਕਿਉਂ ਭੱਜੇ? ਸਿਮਰਨ ਸੁੱਤੀ ਪਈ। ਚੱਲ ਚੱਲ ਚੱਲ, ਸਿਮਰਨ ਸਿਮਰਨ ਮੂੰਹ ਦਿਖਾ, ਮੂੰਹ ਦਿਖਾ, ਮੂੰਹ ਦਿਖਾਈ ਉਹਦਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਿਮਰਨ ਦਾ ਮੂੰਹ ਦੇਖ ਲਓ, ਇਹ ਉਹੀ ਸਿਮਰਨ ਆ। ਆਪਣੀ ਲੜੀ ਹੈ ਕਿੰਨਾ ਸੁੱਤੇ ਉੱਠੀ ਆ। ਹਾਂਜੀ ਦੋਸਤੋ, ਸਾਡੀ ਭੈਣ ਘਰੇ ਇਨਵਰਟਰ ਨਹੀਂ ਸੀਗਾ, ਹੈ ਨਾ। ਲਾਈਟ ਬਹੁਤ ਜਾਂਦੀ ਅੱਜ ਕੱਲ੍ਹ, ਪੰਜਾਬ ਸਰਕਾਰ ਦਾ ਬੁਰਾ ਹਾਲ ਆ। ਇਹਨੂੰ ਰਹਿਣ ਦੇ ਵੀਰੇ, ਵਿੱਚ ਇੱਕ ਦਿਨ ਦਾ ਆਹ ਕੱਢਣੀ ਫਿਰ, ਤੇ ਇਹਨੂੰ ਧਿਆਨ ਨਾਲ ਹੱਥ ਪਾਈ। ਰਹਿਣ ਦੇ, ਤੇਰੇ ਬਸ ਦਾ ਕੰਮ ਨਹੀਂ ਹੈਗਾ। ਮੈਂ ਚੱਕ ਵੀ ਲੈਣਾ ਉਹਨਾਂ ਬੈਟਰੀਆਂ। ਆ ਇਧਰੋਂ ਆ ਜਾ ਫਿਰ, ਲਿਓ ਆ ਜਾਣਾ। ਕਹਿੰਦਾ ਮੈਂ ਬੈਟਰੀਆਂ ਚੱਕ ਲੈਣਾ ਨਾ, ਚੋਰ ਹੈਗਾ ਇਹ। ਮੈਂ ਮੋਬਾਈਲ ਦੀ ਗੱਲ ਕੀਤੀ, ਮੋਬਾਈਲ ਦੀ ਬੈਟਰੀਆਂ। ਚੱਲ ਚੱਲ ਆਹੀ ਚੱਕ ਹੁਣ, ਦੇਖੋ ਹੁਣ ਦੇਖਦੇ ਹਾਂ ਕਿੰਨਾ ਕੁ ਦਾਮ ਹੈ। ਅਤੇ ਇਨਵਰਟਰ ਹੈ ਨਹੀਂ ਸੀਗਾ, ਔਖੇ ਹੁੰਦੇ ਸੀ, ਦਾਦੀ ਦੀ ਬੀਪੀ ਵਗੈਰਾ ਦਾ ਪ੍ਰੋਬਲਮ ਹੈਗੀ ਆ, ਹੈ ਨਾ। ਇਹਨੇ ਸ਼ੇਅਰ ਕੀਤੀ ਸੀ ਇੱਕ ਦਿਨ ਗੱਲ, ਉੱਪਰ ਹੀ ਰੱਖੋ, ਪਰ ਇਹਨੂੰ ਇੰਨਾ ਨਹੀਂ ਪਤਾ ਸੀ ਸਰਪ੍ਰਾਈਜ਼ ਮਿਲਣਾ। ਅਤੇ ਜਿਹੜੀ ਚੀਜ਼ ਦੀ ਲੋੜ ਹੈ ਉਹੀ ਦੇਣੀ ਚਾਹੀਦੀ ਆ, ਆਪਣੇ ਟੀਮਮੇਟਸ ਨੂੰ ਖੁਸ਼ ਰੱਖਣਾ ਚਾਹੀਦਾ। ਅਤੇ ਆਪਣਾ ਕੈਪਟਨ ਭਰਾ ਇੱਥੇ ਫਿਟਿੰਗ ਕਰੂਗਾ ਅੱਜ, ਅਤੇ ਉਹਦਾ ਜਿਹੜਾ ਬਿਜਲੀ ਦਾ ਠੇਕਾ ਸਾਰਾ ਇਹਦਾ। ਹਾਂ, ਚੱਕ ਕੇ ਨਹੀਂ ਅੰਦਰ ਰੱਖੋ, ਖੜ ਗਿਆ। ਚਲੋ ਚਲੋ ਅੰਦਰ ਰੱਖੋ, ਸਟਾਈਲ ਜਿਹਾ ਮਾਰੀ ਜਾਂਦਾ। ਅਤੇ ਤੇਰੇ ਉਹ ਲੱਗਿਆ ਹੋਇਆ? ਹਾਂਜੀ ਹਾਂਜੀ। ਬਾਕੀ ਦੀ ਗੱਲ ਭਾਜੀ ਵੀ ਕੁਛ ਕਹਿਣਾ ਚਾਹ, ਨਹੀਂ ਨਹੀਂ ਉਹ ਕੁਛ ਕਹਿਣਾ ਚਾਹ ਰਿਹਾ, ਕੁਛ ਕਹਿਣਾ ਚਾਹ ਰਿਹਾ। ਮੈਂ ਆਡੀਅੰਸ ਨੂੰ ਇਹ ਕਹਿਣਾ ਚਾਹੂੰਗਾ ਵੀ ਸਾਰਿਆਂ ਦੀ ਮਿਹਨਤ ਲੱਗਦੀ ਹੈ, ਇਕੱਲੇ ਦੀ ਮਿਹਨਤ ਨਹੀਂ ਲੱਗਦੀ, ਪਰ ਸਭ ਤੋਂ ਜ਼ਿਆਦਾ ਮਿਹਨਤ ਵੀਰੇ ਦੀ ਹੁੰਦੀ ਹੈ, ਉਸ ਤੋਂ ਬਾਅਦ ਸਾਰੇ ਮੈਂਬਰਾਂ ਦੀ ਹੁੰਦੀ ਹੈ, ਸਾਰੇ ਭਰਾਵਾਂ ਦੀ, ਭੈਣਾਂ ਦੀ। ਭੈਣਾਂ ਦੀ ਉਮਰ ਜ਼ਿਆਦਾ ਹੁੰਦੀ, ਭੈਣ ਉੱਧਰ 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 ਉੱਧਰ, ਭੈਣਾਂ ਦੀ ਉਮਰ ਜ਼ਿਆਦਾ ਹੁੰਦੀ ਆ। ਆ ਗਈ ਭੈਣ, ਆ ਮੇਰੀ ਭੈਣ। ਹਾਂ, ਤੇ ਅੱਜ ਛੁੱਟੀ 'ਤੇ ਸੀਗੀ ਇਹ, ਅਤੇ ਇਹਨੂੰ ਪਤਾ ਨਹੀਂ, ਪਤਾ ਸੀ ਅਸੀਂ ਆਉਣਾ ਹੈ, ਅਤੇ ਛੁੱਟੀ ਕਿਉਂ ਕੀਤੀ ਹੈ? ਬੁਖਾਰ ਸੀਗਾ, ਹੁਣੇ ਉਤਰਿਆ ਬੁਖਾਰ। ਚਲੋ ਹੁਣ ਆਹੀ ਚਾਹੀਦਾ ਸੀ ਨਾ, ਹੈ ਨੱਕ 'ਚ ਥੋੜ੍ਹੀ ਚਾਹੀਦਾ ਸੀ।
ਸਖਤੀ ਸੀ ਦੀ ਲੋੜ ਹੈ ਆਪਣੀ ਟੀਮ ਨੂੰ ਆਪਣੇ ਸੰਗੀਆਂ ਸਾਥੀਆਂ ਨੂੰ ਖੁਸ਼ ਰੱਖਿਆ ਕਰੋ ਕਿਉਂਕਿ ਖੁਸ਼ੀਆਂ ਦਾ ਮੁੱਲ ਨਹੀਂ ਹੁੰਦਾ ਤੇ ਸਾਰੇ ਖੁਸ਼ ਰਹਿਣੇ ਚਾਹੀਦੇ ਨੇ ਅੱਜ ਸਾਨੂੰ ਵੀ ਬੜੀ ਖੁਸ਼ੀ ਹੋਊਗੀ ਕਿ ਇੱਥੇ ਬੀਬੀ ਹੁਣ ਲਾਈਟ ਜਾਊਗੀ ਨਾ ਬਾਹਰ ਨਹੀਂ ਬਹਿਣਾ ਪੱਖਾ ਲਾ ਕੇ ਅੰਦਰ ਹੀ ਬਹਿਣਾ ਠੀਕ ਹੈ ਬੀਬੀ ਲੁਕੀ ਖੜੀ ਆ ਬੀਬੀ ਮੋਬਾਈਲ ਸਾਡੇ ਕੈਮਰੇ 'ਚ ਆ ਜਾ ਇੱਕ ਵਾਰੀ ਇਹ ਸਾਡੀ ਦਾਦੀ ਆ ਠੀਕ ਹੈ ਦਾਦੀ ਤੈਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਨਾ ਹੌਲੀ ਹੌਲੀ ਸਾਰੀਆਂ ਪੂਰਾ ਹੋ ਜਾਣਗੀਆਂ ਠੀਕ ਹੈ ਠੀਕ ਹੈ ਨਾ ਹੁਣ ਠੀਕ ਹੈ ਤੇ ਰੱਖਣਾ ਕਿੱਥੇ ਮੈਨੂੰ ਇਹ ਦੱਸ ਦਿਓ ਬਸ ਹੁਣ ਤੁਸੀਂ ਅੱਗੇ ਉਦਣ ਇੱਥੇ ਹੀ ਇੱਥੇ ਚਲੋ ਐਂ ਕਰੋ ਫਿਰ ਸਟੈਂਡ ਲੈ ਕੇ ਆਓ ਗੱਡੀ ਖੋਲ ਖੁੱਲੀ ਆ ਤੇ ਆਪਣਾ ਕੈਪਟਨ ਚੈੱਕ ਕਰ ਲੈ ਯਾਰ ਵਾਇਰਿੰਗ ਵਗੈਰਾ ਫਿਰ ਇੱਥੇ ਨਾਲੋਂ ਉੱਥੇ ਜ਼ਿਆਦਾ ਵਧੀਆ ਯਾਰ ਉੱਥੇ ਪਾਣੀ ਆਉਂਦਾ ਉੱਤੋਂ ਕਹਿੰਦੇ ਉਹ ਵੀ ਕਰਦੇ ਆ ਕਿਉਂਕਿ ਇੱਥੋਂ ਪੌੜੀਆਂ ਚੜ੍ਹਨ ਵੇਲੇ ਫਿਰ ਦਿੱਕਤ ਨਾ ਆਵੇ ਇਹ ਬਾਬੇ ਨੇ ਬਾਹ ਫੜੀ ਆ ਤੇ ਚੰਗੀ ਤਰ੍ਹਾਂ ਹੀ ਫੜੂਗਾ ਕੋਈ ਗੱਲ ਨਹੀਂ ਬਾਬਾ ਸਾਨੂੰ ਦੇਈ ਜਾਵੇ ਆਪਾਂ ਆਪਣੇ ਘਰੇ ਹੀ ਲਾਣੇ ਆ ਆਪਾਂ ਬਾਹਰ ਥੋੜ੍ਹੀ ਲਾਣੇ ਜਾ ਕੇ ਇਹ ਤਾਂ ਇਹਦੇ ਭਰਾ ਦੇਖ ਲਓ ਕਿੰਨੇ ਨੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਗੇ ਪਤਾ ਨਹੀਂ ਕਿੰਨੇ ਵਧੀਆ ਨੇ ਚਲੋ ਆਪਾਂ ਐਂ ਕਰਦੇ ਹਾਂ ਉਹ ਕੈਪਟਨ ਸੈਟਿੰਗ ਕਰਦਾ ਹੈ ਨਾ ਠੀਕ ਹੈ ਇੱਥੋਂ ਨੰਗਿਆ ਤਾਂ ਜਾਊਗਾ ਥੋੜੀ ਜੀ ਜਿਵੇਂ ਗਰਮ ਹਵਾ ਜੀ ਹੁੰਦੀ ਹੈ ਨਾ ਬਣ ਗਈ ਗੱਲ ਉਰੇ ਆ ਸਿਮਰਨ ਸਿਮਰਨ ਕਿੱਥੇ ਗਈ ਉਰੇ ਆ ਆਹ ਦੇਖ ਆਹ ਜਿਹੜਾ ਲਾਲ ਡੰਡੀ ਹੈ ਨਾ ਇਹ ਉੱਤੇ ਹੀ ਰਹਿਣੀ ਚਾਹੀਦੀ ਹੈ ਬਸ ਠੀਕ ਆ ਚੱਲ ਫਿਰ ਹੁਣ ਨਜ਼ਾਰੇ ਲੈ ਤੁਸੀਂ ਫੜਿਓ ਫਿਰ ਉਹ ਵਾਹਿਗੁਰੂ 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 ਨਹੀਂ ਨਹੀਂ ਚਾਹ ਨਹੀਂ ਪੀਣੀ ਜੀ ਚਾਹ ਨਹੀਂ ਪੀਣੀ ਹਜੇ ਦੂਜੇ ਘਰ ਵੀ ਜਾਣਾ ਉਹਨੂੰ ਵੀ ਨਹੀਂ ਪਤਾ ਨੇਹਾ ਦੇ ਘਰੇ ਵੀ ਜਾਣਾ ਨੇਹਾ ਤਾਂ ਹੈ ਵੀ ਦੁਕਾਨ ਤੇ ਨਾਲੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਇੱਕੋ ਹੀ ਪੱਖਾ ਹੈ ਨਾ ਇੱਕ ਆਹ ਵਾ ਆਹ ਦੋਨੇ ਚੱਲ ਜਾਣਗੇ ਨਾ ਕੈਪਟਨ ਹੈ ਤੂੰ ਇੱਦਾਂ ਕਰ ਫਿਰ ਲਿਆ ਕੇ ਨਾ ਹਾਂ ਚੱਲ ਆ ਜਾ ਫਿਰ ਆ ਜਾ ਦੁਬਾਰਾ ਆ ਜਾਈ ਠੀਕ ਆ ਇਹਦੇ ਲਈ ਵੀ ਦੇਖ ਲਾ ਇਹਦੇ 'ਚ ਵੀ ਨਟ ਨੁਟ ਲੱਗਣ ਜਿਹੜੇ ਜਿਹੜੇ ਪਲੱਗ ਲੱਗਣ ਵਾਲੇ ਆ ਇਹ ਦੇਖ ਇੱਥੇ ਬੋਰਡ ਲੱਗਣ ਵਾਲਾ ਇਹ ਵੀ ਬੋਰਡ ਚੇਂਜ ਕਰ ਆ ਵੀ ਕਰਦੇ ਅੰਦਰ ਬਾਥਰੂਮ 'ਚ ਵੀ ਕਰਦੇ ਕਿੱਥੇ ਆ ਜੀ ਇੱਥੇ ਫਿਲਟਰ ਲਾ ਸਕਦੇ ਇੱਥੇ ਵੀ ਹੋਲਡਰ ਲਾ ਦੀ ਕੈਪਟਨ ਲੋਹੇ ਦਾ ਕਿਉਂ ਲਾ ਓਏ ਅੱਛਾ ਲੋਹੇ ਦਾ ਲਾ ਕੇ ਇੱਥੇ ਵੀ ਹੋਲਡਰ ਲਾ ਦੀ ਠੀਕ ਹੈ ਹੌਲੀ ਹੌਲੀ ਕਰਦੇ ਹਾਂ ਸੈਟਿੰਗ ਫਿਰ ਚੱਲ ਆ ਫਿਰ ਆ ਜਾ ਚੱਲ ਆ ਚੱਲੀਏ ਚਲੀਏ ਚੱਲ ਚੰਗਾ ਫਿਰ ਮਿਲਦੇ ਹਾਂ ਓਕੇ ਕੱਲ੍ਹ ਆਏਂਗੀ ਨਾ ਕੱਲ੍ਹ ਆਏਂਗੀ ਕੱਲ੍ਹ ਆਏਂਗੀ ਨਾ ਸਾਰੀ ਗਲੀ ਦੇ ਦਿੱਤੀ ਵੀ ਚਲੋ ਹੁਣ ਮਿਲਦੇ ਹਾਂ ਜੀ ਦੂਜੀ ਕੁੜੀ ਨੂੰ ਵੀ ਸਰਪ੍ਰਾਈਜ਼ ਦੇਣਾ ਹੁਣ ਸਾਰੀਆਂ ਕੁੜੀਆਂ ਦਾ ਅਲੱਗ ਅਲੱਗ ਯੋਗਦਾਨ ਹੁੰਦਾ ਨਾ ਅਤੇ ਆਪਾਂ ਸਰਪ੍ਰਾਈਜ਼ ਦਿੰਦੇ ਹਾਂ ਬੈਠੋ ਹਾਂਜੀ ਦੋਸਤੋ ਹੁਣ ਤੁਸੀਂ ਦੇਖ ਹੀ ਲਿਆ ਸਾਡੀ ਟੀਮਮੇਟ ਜਿਹੜੀ ਸਿਮਰਨ ਹੈ ਅੱਜ ਛੁੱਟੀ ਤੋਂ ਸੀ ਕਹਿੰਦੀ ਬੁਖਾਰ ਹੈ ਪਰ ਬੁਖਾਰ ਉੱਤਰ ਗਿਆ ਹੋਣਾ ਸਰਪ੍ਰਾਈਜ਼ ਦੇਖ ਕੇ ਹੁਣ ਅਸੀਂ ਚੱਲੇ ਹਾਂ ਜੀ ਦੂਜੀ ਗੁੜੀਆ ਨੇਹਾ ਦੇ ਘਰ ਉਹਨਾਂ ਨੂੰ ਕੁਛ ਨਹੀਂ ਪਤਾ ਕੋਈ ਅੰਦਾਜ਼ਾ ਨਹੀਂ ਹੈਗਾ ਅਸੀਂ ਆਉਣਾ ਨਾ ਹੀ ਕੋਈ ਪਲੈਨਿੰਗ ਦਾ ਪਤਾ ਦੇਖਦੇ ਹਾਂ ਕੀ ਰਿਐਕਸ਼ਨਸ ਹੁੰਦੇ ਨੇ ਹੈ ਨਾ ਜਿਵੇਂ ਕਿ ਬਾਵੇ ਨੇ ਗੱਲ ਕੀਤੀ ਸੀ ਅਸੀਂ ਉਹ ਟੀਮ ਹੈ ਜਿਹਦੇ ਵਿੱਚ ਹਰ ਬੰਦਾ ਇੱਕ ਆਪਣਾ ਕਿਰਦਾਰ ਆਪਣਾ ਜਿਹੜਾ ਰੋਲ ਹੈ ਬਹੁਤ ਬਾਖੂਬੀ ਨਿਭਾ ਰਿਹਾ ਜਿੱਦਾਂ ਦਾ ਮਰਜ਼ੀ ਰੋਲ ਦੇ ਦਿਓ ਫਨੀ ਦੇ ਦਿਓ ਮੋਟੀਵੇਸ਼ਨਲ ਦੇ ਦਿਓ ਹੈ ਨਾ ਗੁੱਸੇ ਵਾਲਾ ਦੇ ਦਿਓ ਪਿਆਰ ਵਾਲਾ ਦੇ ਦਿਓ ਸਾਰੇ ਵਧੀਆ ਐਕਟਰ ਨੇ ਸਾਡਾ ਕੋਈ ਥੀਏਟਰ ਨਾਲ ਲਿੰਕ ਨਹੀਂ ਹੈਗਾ ਪਹਿਲਾਂ ਤੋਂ ਪਰ ਲੋਕਾਂ ਤੋਂ ਸਿੱਖ ਰਹੇ ਹਾਂ ਆਪਣੇ ਆਪ ਤੋਂ ਸਿੱਖ ਰਹੇ ਹਾਂ ਵਧੀਆ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਪਿਆਰ ਵੀ ਬਹੁਤ ਕਰਦੇ ਹੋ ਸਾਨੂੰ ਸਿਰਫ ਉਹਦੀ ਹੀ ਲੋੜ ਹੈ ਅਸੀਂ ਆਪਣੀ ਟੀਮ ਨੂੰ ਬਹੁਤ ਖੁਸ਼ ਰੱਖਦੇ ਹਾਂ ਬਾਬਾ ਇੱਦਾਂ ਹੀ ਪਿਆਰ ਬਣਾਈ ਰੱਖੇ ਸਾਰਿਆਂ ਦਾ ਠੀਕ ਹੈ ਹੁਣ ਜਾ ਰਹੇ ਹਾਂ ਜੀ ਭਾਅ ਜੀ ਰਸਤਾ ਦੱਸੋ ਯਾਰ ਬਾਬਾ ਜੀ ਬੋਲੋ ਕੁਛ ਠੀਕ ਹੈ ਦੇਰ ਦੀ ਖਾ ਕੇ ਰੋਕ ਕੇ ਬੈਠਾ ਸੀ ਮੈਂ ਕਿਹਾ ਯਾਰ ਗੱਲ ਨਾ ਗੱਡੀ ਪਹੁੰਚ ਗਿਆ ਜੀ ਨੇਹਾ ਦੇ ਘਰੇ
करी गड्डी बंद करी अजे कुछ नहीं पता इन्हां नूं असीं आए हुए हां ठीक है हां भाई फेस एक्सप्रेशन नोट कर लिया कुंडा लग्या क्या बात है क्या मैसेज यार सरप्राइज आंटी जी नमस्ते कैसे हो कैसे हैं ठीक हो बड़ा खलारा पाया की गल मतलब टाइम नाल ही सफाई हो रही है भाजी बस 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 नेहा दे मम्मी आ उदेम को असर हो गए असर गए और आंटी क्या हाल है बढ़िया लाइट तो नहीं गई हुई लाइट नहीं गई आज हैं नहीं गई उधर जाती रात हां जी लाइट हां जब लाइट जाती फिर क्या करते हो बस इधर बैठे बाहर बैठ जाते बाहर ना बैठे करो इन्वर्टर नहीं लग्या नहीं ओ जा यार पहले इन्वर्टर लेके आ फिर बैठेंगे अपन चाय बात कर लेंगे जा के यार नहीं नहीं कोई गल नहीं पता की है पहले इन्वर्टर लेके आओ यार एदा ही चाह नहीं पीनी पता नहीं है माइक लग गया तुहाडे नहीं बैटरी चक लागे आपां इन्हां नूं जमा नहीं पता सी हो की रहा मैं दे दे वीरों दे दे बैटरी चक लांगे चलो आ जाओ लो जी पेश करदे ने हैवी ड्यूटी काम पिछे आ रहा पहला भाजी होना दा जोर जमा लो किथे आ काम ओ बल्ले ओ पिछड़ दा मुंह देखो हाय हाय लो आंटी जी हैप्पी बर्थडे अच्छा आंटी दे बर्थडे ते आए सीगे पिछली बारी उस तो बाद अज आए हैं ना ओदे 1 जनवरी सी ना अज दो बार थोड़ी आंदा ओदे 1 जनवरी सी आंटी अपना हुण बाहर नहीं बैठना ठीक है जदों लाइट जाऊगी ना अंदर बैठना ठीक है ते ओ स्टैंड चक के अंदर रख दो ते ओनू कह वायरिंग वगैरह देख लूगा ते शाम नू सेटिंग कर दूगा ठीक है होर आंटी ठीक हो नहीं नहीं बैठना नहीं आंटी बहुत लेट आ सी पहले खुशबू किथे आ खुशबू मैं सेंटर गई हूं अच्छा सेंटर ला भाई ए देख ले किथे के रखना हना पहला वायरिंग चेक कर ला पहला वायरिंग हुई हुई है कि नहीं हैगी ਕਿੰਨੇ ਪੱਖੇ ਆਂਟੀ ਜੀ ਪੱਖੇ ਬੇਟਾ ਤਿੰਨ ਲੱਗੇ ਤਿੰਨ ਨੇ ਹਾਂਜੀ ਚੱਲ ਜਾਊਗਾ ਕੰਮ ਹਨਾ ਤਿੰਨੇ ਚੱਲ ਗਣੇ ਆ ਇਹ ਲਾਈਟਾਂ ਵਗੈਰਾ ਦੇਖ ਲਈ ਤੂੰ ਇਦਾਂ ਦੇਖ ਲੈ ਨਾ ਕਿੰਨੇ ਕੁ ਗੱਜ ਲੱਗਣੀ ਤਾਰ ਮੈਨੂੰ ਲੱਗਦਾ 10 ਕੁ ਮੀਟਰ ਹੀ ਲੱਗਣੀ ਵੱਧ ਲੱਗਣੀ ਨਹੀਂ ਬਣਦਾ ਇਹਨਾਂ ਕੁੜੀਆਂ ਮਿਹਨਤ ਕਰਦੀਆਂ ਵੀ ਵੀਡੀਓ ਵਾਸਤੇ ਭਾਜੀ ਅੰਤਰ ਧਿਆਨ ਹੋ ਕੇ ਕੁਛ ਸੋਚ ਰਹੇ ਨੇ ਇੰਨੇ ਕੁ ਜੀ ਥੱਕ ਜਾਂਦੇ ਨੇ ਇਹਨਾਂ ਦਾ ਸਟੈਮਿਨਾ ਇੰਨਾ ਕੀ ਹੈ ਕੈਪਟਨ ਭਾਜੀ ਪੂਰਾ ਪੂਰਾ ਧਿਆਨ ਦਿੰਦੇ ਚਲੋ ਐਂ ਕਰੋ ਫਿਰ ਔਖੇ ਸੁੱਖੇ ਗੱਡੀ ਮੋੜੋ ਚੱਲੀਏ ਫਿਰ ਸਿੱਧੀ ਨਿਕਲ ਜਾਣੀ ਗੱਡੀ ਮੋੜਨੀ ਨਹੀਂ ਸਿੱਧਾ ਰਾਹ ਹੈਗਾ ਹੈਗਾ ਰਾਹ ਆਂਟੀ ਜੀ ਲਿਮਕਾ ਰਹਿਣ ਦਿਓ ਛੋੜ ਦਿਓ ਛੋੜ ਦਿਓ ਪਾਣੀ ਦੇ ਦਿਓ ਕੱਲਾ ਅਕੇਲਾ ਪਾਣੀ ਦੇ ਦਿਓ ਉਰੇ ਆਓ ਇੱਕ ਮਿੰਟ ਉਰੇ ਆਓ ਬੈਠੋ ਸ਼ਰਮਾਇਆ ਨਾ ਕਰੋ ਤੁਹਾਡੇ ਬੱਚੇ ਹੈਗੇ ਅਸੀਂ ਬੈਠੋ ਉਧਰੋ ਬੈਠੋ ਉਧਰੋ ਬੈਠੋ ਆਪਕੋ ਪਤਾ ਥਾ ਹਮਨੇ ਆਣਾ ਨਹੀਂ ਨਹੀਂ ਪਤਾ ਥਾ ਨਾ ਨੇਹਾ ਨੇ ਬਤਾਇਆ ਨਹੀਂ ਆਪਕੋ ਨੇਹਾ ਨੂੰ ਕੌਣ ਦੱਸੂਗਾ ਅਸੀਂ ਉਹਨੂੰ ਨਹੀਂ ਦੱਸਿਆ ਪਤਾ ਨਹੀਂ ਬੇਟਾ ਗਰਮੀ ਬਹੁਤ ਜ਼ਿਆਦਾ ਹਾਂ ਗਰਮੀ ਬਹੁਤ ਜ਼ਿਆਦਾ ਹੈ ਨਾ ਇਸ ਕਰਕੇ ਅਸੀਂ ਸੋਚਿਆ ਸਾਡੀ ਛੋਟੀ ਭੈਣ ਬਹੁਤ ਮਿਹਨਤ ਕਰਦੀ ਹੈ ਦੁਕਾਨ ਤੇ ਠੀਕ ਹੈ ਸਾਰਾ ਦਿਨ ਭੱਜੀ ਫਿਰਦੀ ਰਹਿੰਦੀ ਹੈ ਕਦੀ ਇੱਧਰ ਕਦੀ ਉੱਧਰ ਹੈ ਨਾ ਤੇ ਸਾਡਾ ਭਰਾਵਾਂ ਦਾ ਫਰਜ਼ ਬਣਦਾ ਸੀਗਾ ਕਿ ਅਸੀਂ ਜੋ ਚਾਹੀਦਾ ਉਹ ਲੈ ਕੇ ਦੇਈਏ ਆਹੀ ਚੀਜ਼ ਚਾਹੀਦੀ ਸੀ ਨਾ ਹੁਣ ਲਾਈਟ ਜਾਊਗੀ ਬਾਹਰ ਨਹੀਂ ਬਹਿਣਾ ਠੀਕ ਹੈ ਲਾਈਟ ਨਹੀਂ ਜਾਊਗੀ ਤਾਂ ਹੁਣ ਅੰਦਰ ਬੈਠੋ ਹਾਂ ਅੰਦਰ ਬੈਠੋ ਜਿੰਨਾ ਚਿਰ ਗਰਮੀਆਂ ਨੇ ਜਦੋਂ ਸਰਦੀ ਆ ਗਏ ਫਿਰ ਬਾਹਰ ਨਿਕਲਿਓ ਠੀਕ ਹੈ ਸਬਜ਼ੀ ਸੁਬਜ਼ੀ ਵੀ ਨਹੀਂ ਲੈਣ ਜਾਣਾ ਬਾਹਰ ਹੁਣ ਸਬਜ਼ੀ ਕੋ ਲੈ ਕੇ ਆ ਹਾਂ ਜੀ ਆਂਦੀ ਲੈ ਗਈ ਇਹ ਕੋਈ ਹੋਰ ਚੀਜ਼ ਦੀ ਲੋੜ ਤਾਂ ਦੱਸੋ चलो तुसी अरदास करो ठीक है दुकान ते काम वधिया चले ठीक है बाबा मेहर करूगा जल्दी कर लांगे ठीक है
ਹੋਰ ਦੱਸੋ ਟੈਨਸ਼ਨ ਨਾ ਲਓ ਤੁਸੀਂ ਕਿਸੇ ਚੀਜ਼ ਦੀ ਚਿੰਤਾ ਨਹੀਂ ਕਰਨੀ ਕੁੜੀਆਂ ਆਪਣੀ ਕਿਸਮਤ ਨਾਲ ਲੈ ਕੇ ਆਉਂਦੀਆਂ ਹੁੰਦੀਆਂ ਨੇ ਠੀਕ ਹੈ ਅਤੇ ਜਿੰਨਾ ਚਿਰ ਭਰਾਵਾਂ ਦੇ ਬਾਹਾਂ 'ਚ ਦਮ ਹੈਗਾ ਆਪਾਂ ਕਰੀਏ ਠੀਕ ਹੈ ਹਾਂ ਤੁਹਾਡਾ ਆਸ਼ੀਰਵਾਦ ਤੁਹਾਡਾ ਆਸ਼ੀਰਵਾਦ ਚਾਹੀਦਾ ਬਸ ਮੇਰਾ ਤਾਂ ਬੇਟਾ ਤਾਂ ਚਲੋ ਪਤਾ ਨਹੀਂ ਕਿੱਥੇ ਆਈ ਤਾਂ ਚਲੋ ਉਹਨਾਂ ਸਭ ਤੋਂ ਪਤਾ ਹੀ ਹੈ ਗੱਲ ਕਿ ਯਾਰ ਉਹਨੂੰ ਤਾਂ ਨਹੀਂ ਕੋਈ ਸਹਾਰਾ ਨਹੀਂ ਮਾਰਾ ਕੋਈ ਗੱਲ ਨਹੀਂ ਸਾਰਾ ਨਾ ਰੱਬ ਹੈਗਾ ਰੱਬ ਦੇ ਬੱਚੇ ਹੈਗੇ ਆਪਾਂ ਬੱਚੇ ਹੀ ਆ ਸਾਰੇ ਤੁਹਾਡੇ ਆ ਵੀ ਬੇਟਾ ਆਪਣਾ ਵੀ ਬੇਟਾ ਸਾਰੇ ਬੇਟੇ ਹੀ ਤੇ ਮੈਂ ਵੱਡਾ ਬੇਟਾ ਠੀਕ ਹੈ ਚਿੰਤਾ ਨਹੀਂ ਕਰਨੀ ਤੁਸੀਂ ਜੋ ਸਾਡੇ ਤੋਂ ਹੋਊਗਾ ਬਾਬਾ ਆਪੇ ਕਰਾਈ ਜਾਂਦਾ ਠੀਕ ਹੈ ਹੁਣ ਤੁਸੀਂ ਆਪਣਾ ਧਿਆਨ ਰੱਖੋ ਅਤੇ ਵੀਰਾ ਆਊਗਾ ਕੈਪਟਨ ਠੀਕ ਹੈ ਇਹ ਤੁਹਾਡੇ ਫਿਟਿੰਗ ਕਰ ਜੂਗਾ ਜੇ ਕੋਈ ਹੋਰ ਪਲੱਗ ਪਲੁੱਗ ਠੀਕ ਕਰਾਉਣ ਵਾਲਾ ਬੱਲਬ ਲਗਾਉਣ ਵਾਲਾ ਜਾਂ ਕਿਤੇ ਜਿੱਥੇ ਨਹੀਂ ਲੱਗਾ ਬਾਥਰੂਮ 'ਚ ਲੱਗੇ ਬੱਲਬ ਇਹ ਅੱਜ ਆ ਜੂਗਾ ਅੱਜ ਫਿਟਿੰਗ ਫਿਟਿੰਗ ਦਾ ਬੇਟਾ ਕਹੀਂ ਕੁਛ ਨਹੀਂ ਇਹ ਸਭ ਨਹੀਂ ਨਹੀਂ ਤਾਰਾਂ ਪੈਣਗੀਆਂ ਜੀ ਸਾਰੀਆਂ ਉਹ ਫਿਟਿੰਗ ਕਰ ਦੂਗਾ ਵੀਰਾ ਉਹ ਆਪੇ ਕਰ ਦੂਗਾ ਤੂੰ ਹਿਸਾਬ ਲਾ ਲਾ ਫਿਰ ਉਸ ਹਿਸਾਬ ਨਾਲ ਸਮਾਨ ਲੈ ਆਈ ਪਹਿਲਾਂ ਉੱਧਰ ਕਰ ਦੇ ਹਾਂ ਰੱਖਣਾ ਠੀਕ ਹੈ ਜੇ ਅੱਜ ਟਾਈਮ ਹੋਇਆ ਤਾਂ ਅੱਜ ਕਰ ਦੀ ਨਹੀਂ ਤਾਂ ਸਵੇਰੇ ਲਾ ਦੀ ਇਨਵਰਟਰ ਕਿੱਥੇ ਰੱਖਣਾ ਜਗ੍ਹਾ ਦੇਖੋ ਕੋਈ ਨਾ ਫਿਰ ਸਵੇਰੇ ਰੱਖ ਦੇ ਫਿਰ ਆਪਣੇ ਸਲਾਹ ਕਰ ਲੈਣਗੇ ਜਿੱਥੇ ਪਾਣੀ ਵੀ ਨਾ ਪਵੇ ਤੇ ਹਵਾ ਵੀ ਲੱਗਦੀ ਰਹੇ ਹਨਾ ਕੋਈ ਨਾ ਕੋਈ ਨਾ ਤੁਸੀਂ ਅਰਦਾਸ ਕਰੋ ਬਸ ਹੋ ਜੂਗਾ ਦੇਖੋ ਬਾਬਾ ਹੋਰ ਦਵੇ ਲੈਂਟਰ ਵੀ ਕੋਈ ਦੂਰ ਨਹੀਂ ਹਨਾ ਸਭ ਜਣੇ ਤਰੱਕੀ ਕਰੋ ਸੁਬਹ ਬਸ 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 ਸਾਰੇ ਜਣੇ ਤੁਹਾਡਾ ਆਸ਼ੀਰਵਾਦ ਚਾਹੀਦਾ ਲੈਂਟਰ ਲੁੰਟਰ ਤਾਂ ਕੋਠੀਆਂ ਪਾ ਲਾਂਗੇ ਠੀਕ ਹੈ ਨਾ ਕੋਈ ਨਾ ਕੋਈ ਨਾ ਉਹ ਵੀ ਹੋ ਜਾਊਗਾ ਠੀਕ ਹੈ ਉਹ ਵੀ ਹੋ ਜਾਊਗਾ ਚਲੋ ਸਾਨੂੰ ਦਿਓ ਜਾਜਾ ਨਾ ਨਹੀਂ 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 ਕੁਛ ਨਹੀਂ ਕੁਛ ਨਹੀਂ ਉਹ ਤੁਹਾਡਾ ਆਸ਼ੀਰਵਾਦ ਲੈ ਲਿਆ ਆਸ਼ੀਰਵਾਦ ਗਿਆ ਆਪਾਂ ਨੂੰ ਸਾਨੂੰ ਕਾਲੀ ਆ ਥੋੜੀ ਜੀ ਕਾਲੀ ਆ ਉਹ ਕੋਈ ਗੱਲ ਨਹੀਂ ਕੋਲਡ ਉਹ ਪੀਵਾਂਗੇ ਅਗਲੀ ਵਾਰੀ ਪੀਵਾਂਗੇ ਜਦੋਂ ਲੈਂਟਰ ਪਊਗਾ ਨਾ ਫਿਰ ਲੱਡੂ ਖਾਵਾਂਗੇ ਠੀਕ ਆ ਲੱਡੂ ਖਾਵਾਂਗੇ ਫਿਰ ਉੱਪਰੋਂ ਵਧੀਆ ਲੱਗੇ ਉਹ ਖਾਲੀ ਆ ਚਲੋ ਪੱਤੇ ਲੈ ਜਾਂਦੇ ਆ ਚਲੋ ਬਾਬੇ ਤੇਰੇ ਵਾਸਤੇ ਓਏ ਬੈਂਗਣ ਲੈ ਜਾਈਏ ਲੱਡੂ ਸੀ ਕੀ ਬਾਤ ਹੈ ਬੈਂਗਣੀ ਔਰਗੈਨਿਕ ਇਹ ਬਹੁਤ ਖੁਸ਼ ਹੋ ਰਹਾ ਕਰੇਲੇ ਵੀਰੇ ਕਰੇਲੇ ਵੀ ਆ ਇਹਦਾ ਬੜਾ ਕਰਾਰਾ ਕਰੇਲਾ ਕੀ ਬਾਤ ਹੈ ਚਲੋ ਠੀਕ ਆਂਟੀ ਜੀ ਓਕੇ ਸਤਿ ਸ਼੍ਰੀ ਅਕਾਲ ਓਕੇ ਜੀ ਸਤਿ ਸ਼੍ਰੀ ਅਕਾਲ ਅੱਜ ਤਾਂ ਤੂੰ ਘਰੇ ਪਰਸੋਂ ਤਾਂ ਤੂੰ ਲੜ ਪਈ ਘਰੇ ਠੀਕ ਆ ਪਰਸੋਂ ਲੜੀ ਸੀ ਨਾ ਹਨਾ ਅੱਜ ਤੋਂ ਬਾਅਦ ਘਰੇ ਲੜਨਾ ਨੀਗਾ ਠੀਕ ਆ ਮੰਮੀ ਪਤਾ ਕੀ ਕਹਿੰਦੇ ਬੈਠ ਕੇ ਕਹਿੰਦੇ ਲਾਈਟ ਚੱਲ ਜਾਂਦੀ ਇਨਵਰਟਰ ਹੁੰਦਾ ਨੀਗਾ ਟ੍ਰਾਂਸਫਾਰਮਰ ਲਾ ਕੇ ਸਿਮਰਨ ਨੂੰ ਪੁੱਛ ਗਿਆ ਸਿਮਰਨ ਨੂੰ ਨਾਲ ਲੈ ਕੇ ਗਏ ਸੀਗੇ ਕਰ ਸਿਮਰਨ ਨੂੰ ਫੋਨ ਫਟਾਫਟ ਸਿਮਰਨ ਨੇ ਤਾਂ 10 ਵਜੇ ਤੇ ਵੀ ਉਹਦਾ ਨਾਮ ਲੈ ਕੇ ਗੱਲਾਂ ਕਰਦੀ ਯਾਰ ਇਹੀ ਮੈਂ ਸੁਣਦਾ ਪਿਆ ਸੀ ਕਿੱਦਾਂ ਨਹੀਂ ਕਰੀਦੀ ਹੁੰਦੀਆਂ ਗੱਲਾਂ ਹਾਂ ਸਿਮਰਨ ਵਿਚਾਰੀ ਭੋਲ ਜੀ ਇਧਰ ਆ ਨਾਲੇ ਉਧਰ ਮੂੰਹ ਕਰਕੇ ਬੋਲ ਜੋ ਬੋਲਣਾ ਹਾਂ ਇਦਾਂ ਕਰ ਸਾਰੀ ਗੱਲ ਉੱਥੇ ਸਾਰੀ ਗੱਲ ਪਤਾ ਲੱਗ ਗਈ ਵੀਰੇ ਨੂੰ ਹੈਂਡ ਫ੍ਰੀ ਕਰ ਨਹੀਂ ਗਲਤੀ ਆਪ ਕਰੀਏ ਨਾ ਆਪ ਹੀ ਦੇਖਣੀ ਹੁੰਦੀ ਹੈ ਅੱਗੇ ਸਾਰੀਆਂ ਨਿਗਾਹ ਵਾਲੀ ਕਾਲ ਹੁੰਦੀਆਂ ਸੀ ਹੁਣ ਅੰਨੇ ਵਾਲੀ ਕਾਲ ਅਲੱਗ ਕਰ ਗੱਲ ਸਿਮਰਨ ਨੇਹਾ ਨੇ ਲਾਇਆ ਸੀ ਨਾ ਤੇਰਾ ਨਾਮ ਹਨਾ ਆ ਜਿਹੜੀ ਤੂੰ ਗੱਲ ਕਰ ਰਹੀ ਸੀਗੀ ਪਰਸੋਂ ਵਾਲੀ ਤੂੰ ਨੀ ਕਿਹਾ ਸੀਗਾ ਨੇਹਾ ਘਰੇ ਵੀ ਇਨਵਰਟਰ ਦੇ ਕੇ ਆਓ ਮੰਨ ਗਈ ਦੇਖ ਲਾ ਮੰਨ ਗਈ
ਮੈਟਰ ਲੱਗ ਗਿਆ ਹੁਣ ਬਾਹਰ ਨੀ ਪੈਣਾ ਠੀਕ ਹੈ ਚੱਲ ਠੀਕ ਆ ਕਰਾ ਲਾ ਫਿਟਿੰਗ ਓਕੇ ਲੋਕੀ ਜਦੋਂ ਗੁੱਸਾ ਚੜਦਾ ਕਹਿੰਦੇ ਤੇਰੀ ਭੈਣ ਨੂੰ ਇਹ ਕਹਿੰਦੀ ਮੇਰੀ ਭੈਣ ਨੂੰ ਅੱਛਾ ਮੇਰੀ ਭੈਣ ਨੂੰ ਕੀ ਟੈਨਸ਼ਨ ਪੈ ਗਈ ਕਹਿ ਕਹਿ ਰੋਲਾ ਪੈ ਗਿਆ ਘਰੇ ਹਨਾ ਬੈਟਰੀ ਹੋ ਗਈ ਵੱਡੀ ਕਹਿ ਮੋਬਾਈਲ ਦੀ ਬੈਟਰੀ ਵੱਡੀ ਹੋ ਗਈ ਡਨ 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 ਬਾਏ ਬਾਏ ਕੁੜੀ ਡਰ ਗਈ ਬਾਏ ਬਾਏ